ਸਵਾਗਤ ਹੈ ਜੀ ਤੁਹਾਡਾ MSW ਸਟੱਡੀ ਫੋਰ ਜੋਬ ਦੇ ਵਿੱਚ। ਅਸੀਂ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ, ਧੁਨੀਆਂ ਦਾ ਵਰਗੀਕਰਨ ਜੀ। ਤੁਸੀਂ ਇਸ ਤੋਂ ਪਹਿਲਾਂ ਸਾਡੀ ਵੀਡੀਓ ਦੇਖੀ ਹੋਣੀ ਜਿਸ ਦੇ ਵਿੱਚ ਕਿ ਧੁਨੀ ਬੋਧ ਦੇ ਵਿੱਚ ਗੱਲ ਕੀਤੀ ਗਈ ਸੀ ਸਿਰਫ ਓਨਲੀ ਪਰਿਭਾਸ਼ਾ ਦੀ। ਠੀਕ ਹੈ ਜੀ, ਦੇਖੋ ਜੀ, ਜਿਨ੍ਹਾਂ ਸਟੂਡੈਂਟਾਂ ਨੇ, ਜਿਹੜੇ ਨਵੇਂ ਸਟੂਡੈਂਟ ਆ, ਠੀਕ ਹੈ, ਜਿਹੜੇ ਵੀ ਨਵੇਂ ਕੈਂਡੀਡੇਟ ਹੈ, ਫਰੈਂਡਸ ਨੇ, ਠੀਕ ਹੈ ਜੀ, ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ, ਉਹ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਠੀਕ ਹੈ ਜੀ, ਅਤੇ ਸਾਡੀ ਵੀਡੀਓ ਨੂੰ ਲਾਈਕ ਕਰੋ। ਠੀਕ ਹੈ ਜੀ, ਤੁਸੀਂ ਉਸ ਵੀਡੀਓ 'ਤੇ ਪਹੁੰਚ ਜਾਓਗੇ, ਠੀਕ ਹੈ ਜੀ, ਤਾਂ ਕਿ ਤੁਸੀਂ ਉਹ ਵੀਡੀਓ ਨੂੰ ਪਹਿਲਾਂ ਵੇਖੋ, ਉਸ ਤੋਂ ਬਾਅਦ ਹੀ ਇਹ ਵੀਡੀਓ ਦੇਖਿਓ। ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖੋਗੇ, ਫਿਰ ਤੁਹਾਨੂੰ ਇਹ ਵੀਡੀਓ ਆਸਾਨੀ ਨਾਲ ਸਮਝ ਆ ਜਾਵੇਗੀ। ਠੀਕ ਹੈ ਜੀ, ਅਸੀਂ ਇੱਕ ਮਾਫੀ ਚਾਹੁੰਦੇ ਹਾਂ ਕਿ ਅਸੀਂ ਕੁਝ ਦਿਨ ਪਹਿਲਾਂ ਅਸੀਂ ਗੱਲ ਕੀਤੀ ਸੀ 15 ਤੋਂ 20 ਦਿਨ ਪਹਿਲੇ ਤੁਹਾਡੇ ਨਾਲ ਕਿ ਅਸੀਂ ਨੈੱਟ ਦੇ ਲਈ, CTET ਦੇ ਲਈ, PTET ਦੇ ਲਈ, ਤੁਹਾਡੇ ਲਈ ਅਤੇ ਮਾਸਟਰ ਕਾਰਡ ਦੇ ਜੋ ਪੰਜਾਬੀ ਟੀਚਰ ਦਾ ਟੈਸਟ ਹੋਣਾ, ਠੀਕ ਹੈ ਜੀ, ਉਸ ਦੇ ਲਈ ਅਸੀਂ ਵੀਡੀਓ ਲੈ ਕੇ ਆਇਆ ਕਰਾਂਗੇ ਜੀ 1-2 ਦਿਨਾਂ ਦੇ ਵਿੱਚ। ਬਟ ਉਹ ਸਾਡੇ ਤੋਂ ਸੰਭਵ ਨਹੀਂ ਹੋ ਸਕਿਆ, ਸਾਨੂੰ ਕੁਝ ਘਰੇਲੂ ਪ੍ਰੋਬਲਮ ਆਈ ਸੀ ਜਿਸ ਕਰਕੇ ਅਸੀਂ ਨਹੀਂ ਕਰ ਸਕੇ, ਉਸ ਲਈ ਅਸੀਂ ਮਾਫੀ ਚਾਹੁੰਦੇ ਹਾਂ। ਹੁਣ ਤੋਂ ਅਸੀਂ ਨੈਕਸਟ ਜਿਹੜੀ ਕਾਰਵਾਈ ਹੈ ਸਾਡੀ, ਅਸੀਂ 1-2 ਦਿਨਾਂ ਦੇ ਵਿੱਚ ਪੰਜਾਬੀ ਨਾਲ ਸੰਬੰਧਿਤ ਅਸੀਂ, ਠੀਕ ਹੈ ਜੀ, ਜਿਹੜੀ ਕਿ ਨੈੱਟ ਲਈ ਉਪਯੋਗੀ, ਜੋ 8 ਜੁਲਾਈ ਨੂੰ ਟੈਸਟ ਹੋਣਾ ਜੀ, CTET ਲਈ ਜੀ ਉਪਯੋਗੀ, ਜੋ ਕਿ ਅਗਸਤ ਦੇ ਵਿੱਚ ਹੋਣ ਜਾ ਰਿਹਾ ਜੀ। ਇਸ ਤੋਂ ਇਲਾਵਾ ਜੋ ਮਾਸਟਰ ਕੇਡਰ ਦੀ ਜਦ ਵੀ ਵੈਕੈਂਸੀ ਆਉਣੀ ਆ, ਠੀਕ ਹੈ ਜੀ, ਉਹਦੇ ਲਈ ਉਪਯੋਗੀ ਹੋਵੇਗਾ। ਹਰ ਇੱਕ ਗੌਰਮੈਂਟ ਐਗਜ਼ਾਮ ਦੇ ਵਿੱਚ ਜੋ ਕਿ ਪੰਜਾਬੀ ਦੇ ਪ੍ਰਸ਼ਨ ਪੁੱਛੇ ਜਾਂਦੇ ਆ, ਉਹਨਾਂ ਦੇ ਲਈ ਹੀ ਉਪਯੋਗੀ ਹੋਵੇਗਾ। ਠੀਕ ਹੈ ਜੀ, ਇਹ ਵੀਡੀਓ ਉਹਨਾਂ ਲਈ, ਸਾਰਿਆਂ ਲਈ ਉਪਯੋਗੀ ਹੋਵੇਗੀ। ਠੀਕ ਹੈ ਜੀ, ਸਟਾਰਟ ਕਰਦੇ ਹਾਂ ਜੀ ਧੁਨੀਆਂ ਦਾ ਵਰਗੀਕਰਨ। ਠੀਕ ਹੈ ਜੀ, ਧੁਨੀਆਂ ਦਾ ਕੀ ਹੈ ਜੀ ਵਰਗੀਕਰਨ? ਦੇਖੋ, ਤੁਸੀਂ ਧੁਨੀਆਂ ਨੂੰ ਸੋਚਿਆ ਹੋਣਾ ਵੀ ਦੋ ਵਰਗੀਕਰਨ ਕੀਤਾ ਜਾਂਦਾ ਕਿ ਇੱਕ ਵਿਅੰਜਨ ਅਤੇ ਇੱਕ ਸਵਰ ਧੁਨੀਆਂ। ਠੀਕ ਹੈ ਜੀ, ਆਪਾਂ ਗੱਲ ਉਹਨਾਂ ਬਾਰੇ ਵੀ ਕਰਾਂਗੇ, ਪਰ ਆਪਾਂ ਬੇਸ ਤੋਂ ਚੱਲਦੇ ਹਾਂ ਜੀ, ਜਿਸ ਦੇ ਵਿੱਚ ਕੀ ਹੈ ਜੀ ਧੁਨੀਆਂ ਨੂੰ ਵਰਗੀਕਰਨ ਕੀਤਾ ਜਾਂਦਾ ਜੀ। ਪਹਿਲੇ ਨੰਬਰ 'ਤੇ ਆ ਜੀ ਖੰਡੀ ਧੁਨੀਆਂ ਜੀ ਅਤੇ ਅਖੰਡੀ ਧੁਨੀਆਂ ਜੀ। ਠੀਕ ਹੈ ਜੀ, ਖੰਡੀ ਧੁਨੀਆਂ ਕੀ ਹੁੰਦੀਆਂ ਜੀ? ਖੰਡੀ ਦੀ ਗੱਲ ਕਰਦੇ ਹਾਂ ਪਹਿਲੇ, ਜੋ ਸ਼ਬਦਾਂ ਵਿੱਚੋਂ ਵੱਖਰੀਆਂ ਕਰਕੇ ਨਿਖੇੜੀਆਂ ਜਾਂਦੀਆਂ। ਠੀਕ ਹੈ ਜੀ, ਕੀ ਕੀਤਾ ਜਾਂਦਾ ਸ਼ਬਦਾਂ ਵਿੱਚੋਂ ਵੱਖਰੀਆਂ ਕਰਕੇ ਨਿਖੇੜੀਆਂ ਜਾ ਸਕਦੀਆਂ ਨੇ, ਉਹ ਨੇ ਜੀ ਕੱਕਾ, ਖੱਖਾ, ਮੰਮਾ, ਜੱਜਾ ਆਦਿ। ਠੀਕ ਹੈ ਜੀ, ਕੋਈ ਵੀ ਹੋ ਸਕਦਾ, ਵਿਅੰਜਨ ਵੀ ਹੋ ਸਕਦੀਆਂ, ਉਹ ਸਵਰ ਵੀ ਹੋ ਸਕਦੀਆਂ, ਪਰ ਸ਼ਬਦਾਂ ਵਿੱਚੋਂ ਵੱਖਰੀਆਂ ਕਰਕੇ ਕੀ ਆ ਜੀ ਨਿਖੇੜੀਆਂ ਜਾ ਸਕਦੀਆਂ। ਇਸ ਦੇ ਉਲਟ ਜੀ ਆਪਾਂ ਗੱਲ ਕਰੀਏ ਜੀ ਅਖੰਡੀ ਧੁਨੀਆਂ ਦੀ, ਜੋ ਖੰਡੀ ਧੁਨੀਆਂ ਨਾਲ ਆਉਂਦੀਆਂ ਹਨ ਉਹਨਾਂ ਨੂੰ ਕੀ ਕਹਿੰਦੇ ਆ ਜੀ? ਅਖੰਡੀ ਧੁਨੀਆਂ ਕਿਹਾ ਜਾਂਦਾ ਆਦਿਕ, ਟਿੱਪੀ, ਬਿੰਦੀ। ਇਹ ਹਮੇਸ਼ਾ ਖੰਡੀ ਧੁਨੀਆਂ ਦੇ ਨਾਲ ਹੀ ਆਉਂਦੀਆਂ ਨੇ, ਇਹਨਾਂ ਨੂੰ ਇਕੱਲੇ ਨੂੰ ਆਵਾਜ਼ ਨਹੀਂ ਦੇ ਸਕਦੀਆਂ। ਠੀਕ ਹੈ ਜੀ, ਤਾਂ ਤੁਸੀਂ ਪਤਾ ਲੱਗ ਗਿਆ ਹੋਣਾ ਤੁਹਾਨੂੰ ਪੂਰਾ ਸਪਸ਼ਟ ਕਿ ਖੰਡੀ ਧੁਨੀਆਂ ਅਤੇ ਖੰਡੀ ਧੁਨੀਆਂ ਕੀ ਹੈ। ਠੀਕ ਹੈ ਜੀ, ਇਹਨਾਂ ਬਾਰੇ ਅੱਗੇ ਆਪਾਂ ਕੰਪਲੀਟਲੀ ਪ੍ਰੋਪਰਲੀ ਗੱਲ ਕਰਦੇ ਹਾਂ ਜੀ। ਠੀਕ ਹੈ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਖੰਡੀ ਧੁਨੀਆਂ ਦੀ। ਠੀਕ ਹੈ ਜੀ, ਖੰਡੀ ਧੁਨੀਆਂ ਜੀ, ਖੰਡੀ ਧੁਨੀਆਂ ਨੂੰ ਅੱਗੇ ਦੇਖੋ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ, ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ। ਠੀਕ ਹੈ, ਤੁਸੀਂ ਦੇਖ ਸਕਦੇ ਇੱਥੇ ਸਵਰ ਧੁਨੀਆਂ ਲਿਖਿਆ ਹੋਇਆ, ਥੋੜ੍ਹੀ ਜਿਹੀ ਮਿਸਟੇਕ ਹੋ ਗਈ ਸੀ। ਸਵਰ ਧੁਨੀਆਂ ਦੀ ਸਭ ਤੋਂ ਪਹਿਲਾਂ ਆਪਾਂ ਇਸ ਵੀਡੀਓ ਵਿੱਚ ਅੱਜ ਸਵਰ ਧੁਨੀਆਂ ਬਾਰੇ ਹੀ ਗੱਲ ਚਰਚਾ ਕਰਾਂਗੇ, ਵਿਅੰਜਨ ਧੁਨੀਆਂ ਬਾਰੇ ਆਪਾਂ ਨੈਕਸਟ ਵੀਡੀਓ ਵਿੱਚ ਗੱਲ ਕਰਨੀ ਹੈ। ਠੀਕ ਹੈ ਜੀ, ਨੈਕਸਟ ਵੀਡੀਓ ਵਿੱਚ ਵਿਅੰਜਨ ਧੁਨੀਆਂ ਬਾਰੇ ਗੱਲ ਕਰਾਂਗੇ। ਦੇਖੋ ਜੀ,
ਸਵਰ ਧੁਨੀਆਂ ਸਾਹ ਰੁਕਾਵਟ ਨਹੀਂ, ਠੀਕ ਹੈ, ਕੀ ਹੈ, ਸਾਹ ਰੁਕਾਵਟ ਨਹੀਂ ਕਰਦਾ। ਮਤਲਬ ਜਦੋਂ ਫੇਫੜਿਆਂ ਦੇ ਵਿੱਚੋਂ ਇਹਨਾਂ ਨੂੰ ਬੋਲਣ ਵੇਲੇ ਆਵਾਜ਼ ਆਉਂਦੀ ਹੈ ਤਾਂ ਆਸਾਨੀ ਨਾਲ ਸਾਹ ਬਾਹਰ ਆ ਜਾਂਦਾ ਜੀ, ਸਾਹ ਵਿੱਚ ਕੋਈ ਰੁਕਾਵਟ ਨਹੀਂ ਕਰਦੇ ਉਚਾਰਨ ਅੰਗ, ਠੀਕ ਹੈ ਜੀ। ਉਚਾਰਨ ਅੰਗ ਜੋ ਇਹਨਾਂ ਨੂੰ ਬੋਲਣ ਦੇ ਵਿੱਚ ਹਿੱਸਾ ਲੈਂਦੇ ਆ, ਸਾਹ ਨੂੰ ਬਾਹਰ ਆਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਂ ਹਵਾ ਨੂੰ ਬਾਹਰ ਆਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪੈਦਾ ਨਹੀਂ ਕਰਦੇ। ਉਸ ਤੋਂ ਇਲਾਵਾ ਇਹ ਧੁਨੀਆਂ ਜਿਹੜੀਆਂ ਸਵਰ ਧੁਨੀਆਂ ਵਿਅੰਜਨਾਂ 'ਤੇ ਨਿਰਭਰ ਹੋਣ ਕਰਕੇ ਇਹਨਾਂ ਨੂੰ ਪਰਾਧੀਨ ਧੁਨੀਆਂ ਕਿਹਾ ਜਾਂਦਾ ਜੀ। ਕਿਹੜੀਆਂ ਧੁਨੀਆਂ ਕਿਹਾ ਜਾਂਦਾ? ਪਰਾਧੀਨ। ਪਰਾਧੀਨ ਕਿਸੇ ਦੇ ਅਧੀਨ ਹੋਣੇ, ਠੀਕ ਹੈ ਜੀ, ਉਹਨਾਂ ਦੇ ਅਧੀਨ ਹੁੰਦੀਆਂ। ਦੇਖੋ, ਇੱਕ ਤਾਂ ਆਪਾਂ ਹੁਣੇ ਗੱਲ ਕੀਤੀ ਸੀ ਕਿ ਉਚਾਰਨ ਅੰਗ ਇਹਦੇ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਕਰਦੇ ਸਾਹ ਨੂੰ ਬਾਹਰ ਆਉਣ ਦੇ ਵਿੱਚ, ਪਰ ਜੀਭ ਦੀ ਕੁਛ ਵਿਸ਼ੇਸ਼ ਭੂਮਿਕਾ ਹੁੰਦੀ ਹੈ ਕਿ ਜੀਭ ਦੀ ਜਿਹੜਾ ਅਗਲਾ ਹਿੱਸਾ ਕਦੇ ਉੱਚਾ ਉੱਠਦਾ ਹੈ ਇਹਨਾਂ ਨੂੰ ਬੋਲਣ ਵੇਲੇ, ਕਿਹੜੇ ਕਿਹੜੇ ਨੇ ਉਹ, ਜਿਵੇਂ ਊੜਾ ਆੜਾ ਈੜੀ, ਠੀਕ ਹੈ ਜੀ, ਅਤੇ ਕਦੇ ਮੱਧ ਭਾਗ ਉੱਚਾ ਉੱਠਦਾ ਹੈ, ਕਦੇ ਪਿਛਲਾ ਭਾਗ ਉੱਚਾ ਜਾਂ ਨੀਵਾਂ ਉੱਠਦਾ ਹੁੰਦਾ, ਇੱਦਾਂ ਦੀ ਸਥਿਤੀ ਜੀਭ ਦੀ ਹੁੰਦੀ ਹੈ। ਫਿਰ ਵੀ ਠੀਕ ਹੈ ਜੀ, ਜੀਭ ਦੀ ਭੂਮਿਕਾ ਹੁੰਦੀ ਹੈ, ਉਚਾਰਨ ਅੰਗ ਹੈ ਜੀਭ ਇੱਕ। ਉਸ ਤੋਂ ਇਲਾਵਾ ਹੁਣ ਆਪਾਂ ਸਵਰ ਧੁਨੀਆਂ ਦੇ ਬਾਰੇ ਗੱਲ ਕਰਦੇ ਹਾਂ ਜੀ, ਕੀ ਹੈ ਸਵਰ ਧੁਨੀਆਂ? ਦੇਖੋ ਜੀ, ਸਵਰ ਅੱਖਰ ਕਿੰਨੇ ਹੁੰਦੇ ਆ? ਤਿੰਨ। ਵਰਨਮਾਲਾ ਦੇ 35 ਅੱਖਰ ਹੁੰਦੇ ਆ ਜੀ, ਤਿੰਨ ਜਿਹੜੀ ਆਪਣੀ ਨਵੀਂ ਵਰਨਮਾਲਾ ਜੀ ਉਹਦੇ 41 ਅੱਖਰ ਆ ਜੀ। ਉਹਨਾਂ ਵਿੱਚ ਪਹਿਲੇ 3 ਅੱਖਰ ਆ ਜੀ ਊੜਾ ਆੜਾ, ਉਹਨਾਂ ਨੂੰ 3 ਸਵਰ ਅੱਖਰ ਕਿਹਾ ਜਾਂਦਾ ਜੀ। ਉਹਨਾਂ ਨਾਲ ਲਗਾ ਮਾਤਰਾ ਲਾ ਕੇ ਦੇਖੋ ਜੀ, ਤੁਸੀਂ ਕਹਿੰਦੇ ਊੜੇ ਦਲੈਂਕੜ ਜੀ, ਊੜੇ ਔਂਕੜ ਜੀ, ਊੜੇ ਨੂੰਹੋੜਾ ਜੀ, ਮੁਕਤਾ ਜੀ, ਆੜੇ ਕੰਨਾ ਜੀ, ਆੜੇ ਨੂੰਹੋੜਾ ਜੀ, ਸੋਰੀ ਕਨੌੜਾ ਜੀ, ਆੜੇ ਨੂੰ ਦਲਾਵਾਂ ਜੀ, ਈੜੀ ਨੂੰ ਸਿਹਾਰੀ ਜੀ, ਠੀਕ ਹੈ ਜੀ, ਈੜੀ ਨੂੰ ਬਿਹਾਰੀ ਜੀ, ਈੜੀ ਨੂੰ ਲਾਵਾਂ, ਇਹ ਕਿੰਨੇ ਬਣ ਗਏ? 10 ਜੀ, ਠੀਕ ਹੈ ਜੀ। ਤਾਂ ਸਵਰ ਅੱਖਰਾਂ ਦੀ ਗਿਣਤੀ 3, ਅਤੇ ਸਵਰ ਆਵਾਜ਼ਾਂ ਜਾਂ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੋ ਗਈ ਜੀ? 10। ਸੁਣਨ ਪਤਾ ਲੱਗ ਚੁੱਕਿਆ ਜੀ, ਸਪਸ਼ਟ ਹੋ ਚੁੱਕਿਆ ਜੀ ਕਿ ਸਵਰ ਧੁਨੀਆਂ ਕੀ ਹੈ, ਠੀਕ ਹੈ ਜੀ। ਸਵਰ ਧੁਨੀਆਂ ਨੂੰ ਅੱਗੇ ਫਿਰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ, ਜਿਹਦੇ ਵਿੱਚ ਕੀ ਹੈ ਜੀ, ਹਸਰ ਸਵਰ, ਲਘੂ ਸਵਰ ਕਿਹਾ ਜਾਂਦਾ ਉਹਨਾਂ ਨੂੰ, ਹਸਰ ਹਰਸਵ ਸਵਰ ਨੂੰ, ਅਤੇ ਜਾਂ ਛੋਟੇ ਸਵਰ ਵੀ ਕਿਹਾ ਜਾਂਦਾ, ਦੀਰਘ ਸਵਰ ਨੂੰ ਵੱਡੇ ਸਵਰ ਕਿਹਾ ਜਾਂਦਾ, ਠੀਕ ਹੈ ਜੀ, ਜਾਂ ਵੱਡੇ ਸਵਰ ਜਾਂ ਦੀਰਘ ਸਵਰ ਕਹਿ ਲਓ। ਹੁਣ ਇਹਨਾਂ ਦਾ ਇੱਕ ਹੋਰ ਵੀ ਅੱਗੇ ਪਾਰਟ ਹੈ ਜਿਹਦੀ ਆਪਾਂ ਗੱਲ ਕਰਾਂਗੇ, ਉਹ ਹੈ ਜੀ ਗਲਾਈ ਰਹਿਤ ਅਤੇ ਗੁਲਾਈਦਾਰ, ਠੀਕ ਹੈ ਜੀ। ਕਿਹੜੇ ਜੀ? ਗਲਾਈ ਰਹਿਤ ਅਤੇ ਗੁਲਾਈਦਾਰ। ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਹਸਰ ਹਰਸਵ, ਹਰਸਵ ਜਾਂ ਲਘੂ ਸਵਰ, ਹਰਸਵ ਜਾਂ ਲਘੂ ਸਵਰ ਛੋਟੇ ਸਵਰ ਹੁੰਦੇ, ਜਿਵੇਂ ਈੜੀ ਨੂੰ ਸਿਹਾਰੀ, ਊੜੇ ਔਂਕੜ ਅਤੇ ਆੜਾ ਜੀ, ਜਿਹਨੂੰ ਕਿ ਮੁਕਤਾ ਕਹਿ ਦਿੰਦੇ ਹਾਂ ਜੀ। ਇਹਨਾਂ ਨੂੰ ਕੇਂਦਰੀ ਸਵਰ ਦਾ ਨਾਮ ਦਿੱਤਾ ਗਿਆ। ਕਿਹੜੇ ਸਵਰ ਕਿਹਾ ਹੈਗਾ ਜੀ? ਕੇਂਦਰੀ ਸਵਰ। ਇੱਕ ਹੋਰ ਇਹਨਾਂ ਦੀ ਵਿਸ਼ੇਸ਼ਤਾ ਕੀ ਹੈ ਜੀ? ਉਚਾਰਨ ਵਿੱਚ ਕੀ ਹੈ? ਘੱਟ ਸਮਾਂ ਲੱਗਦਾ ਜਦੋਂ ਇਹਨਾਂ ਨੂੰ ਆਪਾਂ ਉਚਾਰਦੇ ਹਾਂ, ਤਾਂ ਸਮਾਂ ਕੀ ਲੱਗਦਾ ਜੀ? ਘੱਟ। ਤੁਸੀਂ ਐਗਜ਼ਾਮ ਦੇ ਵਿੱਚ ਕਦੇ ਦੇਖੋਗੇ ਤੁਹਾਨੂੰ ਲਘੂ ਜਾਂ ਛੋਟੇ ਸਵਰ ਲਿਖਿਆ ਘੱਟ ਮਿਲੇਗਾ, ਪ੍ਰਸ਼ਨ ਜੋ ਕੀਤਾ ਜਾਂਦਾ, ਪਰ ਉੱਥੇ ਹਰਸਵ ਸਵਰ ਲਿਖਿਆ ਜ਼ਿਆਦਾ ਮਿਲੇਗਾ, ਕਿਉਂਕਿ ਇਸ ਤਰ੍ਹਾਂ ਕਨਫਿਊਜ਼ ਕੀਤਾ ਜਾਂਦਾ ਕਿ ਹਰਸਵ ਦਾ ਮੀਨਿੰਗ ਬਹੁਤ ਹੀ ਘੱਟ ਫਰੈਂਡਸ ਨੂੰ, ਬਹੁਤ ਹੀ ਘੱਟ ਸਟੂਡੈਂਟ ਨੂੰ ਪਤਾ ਹੁੰਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਦੀਰਘ ਜਾਂ ਵੱਡੇ ਸਵਰ, ਇਹਨਾਂ ਨੂੰ ਬਾਹਰਲੇ ਸਵਰ ਵੀ ਕਿਹਾ ਜਾਂਦਾ ਜੀ। ਦੇਖੋ, ਉਹਨਾਂ ਦੀ ਗਿਣਤੀ ਸੀ 3 ਜੀ, ਲਘੂ ਸਵਰ ਦੀ, ਹਰਸਵ ਸਵਰ ਸੀ ਜਿਹੜਾ, ਉਹਨਾਂ ਦੀ ਗਿਣਤੀ ਕਿੰਨੀ ਸੀ? 3 ਜੀ। ਤਾਂ ਟੋਟਲ ਆਪਣੇ ਸਵਰ ਧੁਨੀਆਂ ਕਿੰਨੀਆਂ? 10। 10 'ਚੋਂ 3 ਬਾਕੀ ਕੱਢੇ ਜੀ, ਪਿੱਛੇ ਆਪਣੇ ਕੋਲ ਕਿੰਨੇ ਬਚੇ? 7। ਉਹ 7 ਕਿਹੜੇ ਆ ਜੀ? ਦੀਰਘ ਸਵਰ ਜਾਂ ਵੱਡੇ ਸਵਰ, ਉਹ ਕਿਹੜੇ ਕਿਹੜੇ ਨੇ? ਈੜੀ ਨੂੰ ਸਿਹਾਰੀ, ਈੜੀ ਨੂੰ ਬਿਆਰੀ,
ਈੜੀ ਨੂੰ ਲਾਵਾਂ, ਆੜੇ ਨੂੰ ਦਲਾਵਾਂ, ਆੜੇ ਨੂੰ ਕਨੌੜਾਂ, ਆੜੇ ਕੰਨਾਂ, ਊੜੇ ਨੂੰ ਹੋੜਾਂ ਅਤੇ ਊੜੇ ਦਲੈਂਕੜ ਜੀ। ਠੀਕ ਹੈ ਜੀ। ਇਹਨਾਂ ਦੇ ਵਿੱਚ ਇੱਕ ਹੋਰ ਵਿਸ਼ੇਸ਼ਤਾ ਇਹੀ ਹੈ ਦੀਰਘ ਸਵਰ ਦੇ ਵਿੱਚ ਕਿ ਉਚਾਰਨ ਵਿੱਚ ਜਿਹੜਾ ਸਮਾਂ ਕੀ ਹੈ ਜੀ, ਉਚਾਰਨ ਵਿੱਚ ਲੰਮਾ ਸਮਾਂ ਲੱਗਦਾ, ਉਹਨਾਂ ਦੇ ਵਿੱਚ ਕੀ ਸਮਾਂ ਜੀ ਘੱਟ ਸੀ, ਇਹਨਾਂ ਦੇ ਵਿੱਚ ਕੀ ਸਮਾਂ ਲੰਮਾ ਲੱਗਦਾ। ਸਮਾਂ ਲਘੂ ਸਵਰਾਂ ਨਾਲੋਂ ਕਿੰਨਾ ਲੱਗਦਾ ਜੀ, ਇਹਨਾਂ ਦੇ ਨਾਲੋਂ ਦੁੱਗਣਾ ਸਮਾਂ ਲੱਗਦਾ ਜੀ, ਇਹਦੇ ਨਾਲੋਂ ਵਿੱਚ ਸਮਾਂ ਕਿੰਨਾ ਲੱਗਦਾ ਜੀ, ਲਘੂ ਨਾਲੋਂ ਦੁੱਗਣਾ ਇਹਨਾਂ ਨੂੰ ਉਚਾਰਨ ਸਮੇਂ। ਠੀਕ ਹੈ ਜੀ। ਇਹ ਕਲੀਅਰ ਹੋ ਗਿਆ ਹੁਣ ਤੁਹਾਨੂੰ ਜੀ, ਜੇਕਰ ਨਹੀਂ ਵੀ ਕਲੀਅਰ ਹੋ ਰਿਹਾ ਤਾਂ ਸਾਡੀ ਵੀਡੀਓ ਨੂੰ ਦੁਬਾਰਾ ਦੇਖ ਸਕਦੇ ਹੋ, ਪੌਜ਼ ਕਰਕੇ, ਠੀਕ ਹੈ, ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਰਾਈਟਿੰਗ ਨੂੰ ਕਲੀਅਰ ਹੀ ਪੜ੍ਹ ਕੇ ਦੇਖ ਸਕਦੇ ਹੋ ਵੀ ਕੀ ਲਿਖਿਆ। ਹੁਣ ਜੀ ਅਸੀਂ ਗੱਲ ਕਰਦੇ ਹਾਂ, ਇਹਨੂੰ ਅੱਗੇ ਹੋਰ ਦੋ ਪਾਰਟ ਦਿੱਤੇ ਗਏ ਆ ਸਵਰ ਧੁਨੀਆਂ ਨੂੰ, ਠੀਕ ਹੈ ਜੀ, ਸਵਰ ਆਵਾਜ਼ਾਂ ਨੂੰ, ਜਿਹਦੇ ਵਿੱਚ ਗੁਲਾਈ ਰਹਿਤ ਅਤੇ ਗੁਲਾਈਦਾਰ। ਗੁਲਾਈਦਾਰ ਦੀ ਪਹਿਲਾਂ ਗੱਲ ਕਰ ਲੈਂਦੇ, ਜਿਹਦੇ ਵਿੱਚ ਗਿਣਤੀ ਕਿੰਨੀ ਹੈ ਜੀ, ਚਾਰ ਆ ਜੀ ਗੁਲਾਈਦਾਰ ਦੀ। ਊੜੇ ਔਂਕੜ, ਊੜੇ ਨੂੰ ਹੋੜਾ, ਊੜੇ ਦਲੈਂਕੜ, ਆੜੇ ਨੂੰ ਹੋੜਾ, ਠੀਕ ਹੈ ਜੀ, ਸੋਰੀ ਕਨੌੜਾ। ਜਿਹਦੇ ਵਿੱਚ ਕੀ ਹੈ, ਬੁੱਲਾਂ ਦੀ ਸਥਿਤੀ ਜਦੋਂ ਇਹਨਾਂ ਨੂੰ ਆਪਾਂ ਚਾਰਦੇ ਹਾਂ ਤਾਂ ਬੁੱਲ ਕੀ ਹੋ ਜਾਂਦੇ ਆ, ਆਪਣੇ ਗੋਲ ਹੋ ਜਾਂਦੇ ਆ, ਉਹਨਾਂ ਦੀ ਜੀ ਜੋ ਰੂਪ ਹੈ ਬੁੱਲਾਂ ਦਾ ਆਪਣਾ ਜੋ ਆਕਾਰ ਦਿਖਾਈ ਦਿੰਦਾ ਉਹ ਗੁਲਾਈ ਦੇ ਵਿੱਚ ਦਿਖਾਈ ਦਿੰਦਾ ਇਹਨਾਂ ਨੂੰ ਬੋਲਣ, ਜਿੱਦਾਂ ਤੁਸੀਂ ਬੋਲ ਕੇ ਦੇਖ ਸਕਦੇ ਹੋ ਊੜਾ, ਊੜੇ ਨੂੰ ਹੋੜਾ, ਠੀਕ ਹੈ, ਊੜੇ ਦਲੈਂਕੜ, ਤਾਂ ਬੁੱਲਾਂ ਦੀ ਸਥਿਤੀ ਕੀ ਹੈ, ਗੁਲਾਈ ਦੇ ਵਿੱਚ ਆ ਜਾਂਦੀ ਹੈ। ਠੀਕ ਹੈ ਜੀ। ਕਿਹੜੇ ਕਿਹੜੇ ਹੈ ਤੁਸੀਂ ਦੇਖ ਸਕਦੇ ਹੋ, ਗਿਣਤੀ ਕਿੰਨੀ ਹੈ ਜੀ, ਚਾਰ ਹੈ। ਗੁਲਾਈ ਰਹਿਤ, ਗੁਲਾਈ ਰਹਿਤ ਦੀ ਗੱਲ ਕਰਦੇ ਹਾਂ, ਈੜੀ ਨੂੰ ਸਿਆਰੀ, ਬਿਹਾਰੀ, ਬਾਕੀ ਜੋ ਬਚ ਗਏ ਜੀ ਛੇ, ਠੀਕ ਹੈ ਜੀ, ਤੁਸੀਂ ਦੇਖੋ ਆੜੇ ਨੂੰ ਦਲਾਵਾਂ, ਮੁਕਤਾ, ਕੰਨਾ, ਠੀਕ ਹੈ ਜੀ, ਇਹ ਕਿੰਨੇ ਹੋ ਗਏ ਜੀ ਛੇ, ਇਹ ਕਿਹੜੇ ਹੈ ਜੀ ਗੁਲਾਈ ਰਹਿਤ। ਠੀਕ ਹੈ ਜੀ। ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊ ਸਾਨੂੰ ਆਸ ਹੈ। ਠੀਕ ਹੈ। ਜੇਕਰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਜੀ, ਵੱਧ ਤੋਂ ਵੱਧ ਸ਼ੇਅਰ ਕਰੋ ਜੀ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਤਾਂ ਕਿ ਜੋ ਅਸੀਂ ਨੈਕਸਟ ਵਿਅੰਜਨ ਵਾਲੀ ਵੀਡੀਓ ਅਤੇ ਜੋ ਸਾਡੇ ਕੋਲ ਅਸੀਂ ਇਸ ਵਿੱਚ ਪਾਠ ਵਿੱਚ ਗੱਲ ਕਰ ਰਹੇ ਹਾਂ ਖੰਡੀ ਧੁਨੀਆਂ, ਖੰਡੀ ਦੇ ਵਿੱਚ ਸਵਰ ਅਤੇ ਵਿਅੰਜਨ ਆ ਰਹੇ ਆ। ਠੀਕ ਹੈ ਜੀ। ਸਵਰ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ ਸਵਰ ਧੁਨੀਆਂ, ਅਸੀਂ ਨੈਕਸਟ ਵੀਡੀਓ ਦੇ ਵਿੱਚ ਵਿਅੰਜਨ ਧੁਨੀਆਂ ਬਾਰੇ ਗੱਲ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਅਸੀਂ ਅਖੰਡੀ ਧੁਨੀਆਂ ਬਾਰੇ ਵੀ ਵੀਡੀਓ ਲੈ ਕੇ ਆਵਾਂਗੇ। ਠੀਕ ਹੈ ਜੀ। ਉਹ ਵੀਡੀਓ ਵੇਖਣ ਲਈ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਹੋਵੇਗਾ ਜੀ। ਠੀਕ ਹੈ। ਤਾਂ ਹੀ ਤੁਹਾਡੇ ਤੱਕ ਉਹ ਵੀਡੀਓ ਪਹੁੰਚ ਜਾਵੇਗੀ। ਠੀਕ ਹੈ ਜੀ। ਇਹ ਸਾਡੀ ਇਹ ਵੀਡੀਓ ਪੰਜਾਬੀ ਮਾਸਟਰ ਕੈਡਰ ਲਈ, ਨੈੱਟ ਜੋ 8 ਜੁਲਾਈ ਨੂੰ ਹੋਣਾ ਉਸ ਦੇ ਲਈ, ਇਸ ਤੋਂ ਇਲਾਵਾ PS ਟੈਟ ਅੱਗੇ ਦਸੰਬਰ ਦੇ ਵਿੱਚ ਆਉਣਾ ਜੀ ਉਸ ਦੇ ਲਈ, ਜੋ ਸੀ ਟੈਟ ਅਗਸਤ ਦੇ ਵਿੱਚ ਆ ਰਿਹਾ ਉਸ ਦੇ ਵਿੱਚ ਪੰਜਾਬੀ ਲੈਂਗੁਏਜ ਦੇ ਲਈ ਵੈਰੀ ਇੰਪੋਰਟੈਂਟ ਨੇ ਜੀ। ਠੀਕ ਹੈ ਜੀ। ਵੈਰੀ ਯੂਜਫੁੱਲ ਨੇ ਜੀ। ਤੁਸੀਂ ਇਹਨਾਂ ਵੀਡੀਓ ਨੂੰ ਵਾਰ ਵਾਰ ਦੇਖੋ, ਇੱਕ ਵਾਰ ਸਮਝ ਨਹੀਂ ਲੱਗਦੀ। ਠੀਕ ਹੈ ਜੀ। ਜੇਕਰ ਤੁਹਾਡੀ ਕਿਸੇ ਵੀ ਕੋਈ ਪ੍ਰੋਬਲਮ ਵੀਡੀਓ ਨੂੰ ਦੇਖਣ ਦੇ ਵਿੱਚ ਜਾਂ ਸੁਣਨ ਦੇ ਵਿੱਚ ਆ ਰਹੀ ਹੈ ਤਾਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸ ਸਕਦੇ ਹੋ। ਅਗਰ ਅਸੀਂ ਇਸ ਦੇ ਵਿੱਚ ਕੁਝ ਗਲਤ ਤੁਹਾਨੂੰ ਸਟੱਡੀ ਕਰਾ ਰਹੇ ਹਾਂ, ਠੀਕ ਹੈ ਜੀ, ਸਾਡੀ ਕੋਈ ਕਮੀ ਹੈ ਤਾਂ ਤੁਸੀਂ ਸਾਨੂੰ ਉਹ ਵੀ ਦੱਸ ਸਕਦੇ ਹੋ ਜੀ। ਥੈਂਕ ਯੂ ਸੋ ਮੱਚ ਜੀ।